Yeah.
जियो मंगेंजा तो मोगया जियो मंगेंजा तो मोगया मेरे ख्याल अर्थ है होंगे जियो ਮਹਿੰਜਾ ਮੇਰਾ ਜੀਓ ਤੋ ਮੋਹਿਆ ਕਹਿੰਦਾ ਤੇਰੇ ਨਾਲ ਮੋਹ ਪੈ ਗਿਆ ਕਈਆਂ ਨੂੰ ਅਜੀਬ ਜਾਪਿਆ ਹੋਏਗਾ ਮੇਰੇ ਪਿਆਰੇ ਜੀ ਗੁਰੂ ਗੋਬਿੰਦ ਸਿੰਘ ਜੀ ਬੋਲਿਆ ਪਰ ਜਦੋਂ ਮੋਹ ਜੇ ਬੋਲਿਆ ਨਹੀਂ ਜਾਂਦਾ ਨਿਕਲ ਆਉਂਦਾ ਪਿਆਰ ਹੋ ਜੇ ਪਿਆਰਾ ਸਾਡਾ ਸ਼ਾਇਦ ਸਿੰਧੀ ਬੋਲੀ ਹੈ ਬਾਬਾ ਜੀ ਦੀ ਬਾਣੀ ਸਿੰਧੀ 'ਚ ਵੀ ਹੈ ਜੀਓ ਮੋਹਿੰਜਾ ਮੇਰਾ ਜੀ ਉਹ ਮੋਹਿਆ ਇਹਦਾ ਤੇਰੇ ਨਾਲ ਮੋਹ ਪੈ ਗਿਆ ਜੀਓ ਮੋਹਿੰਜਾ ਤੋ ਮੋਹਿਆ ਜੀਓ ਮੋਹਿੰਜਾ ਜੋੜਾ ਵਰ ਸੰਗ ਤੋੜੀ ਤੋ ਮੋਹਿਆ ਤੋ ਮੋਹਿਆ ਜੋ ਤੁਮ ਗਿਰਵਰ ਤੋ ਹਮ ਮੋਹਰਾ ਤੂੰ ਬਦਲੇ ਅਸੀਂ ਮੋਹਰਾ ਜੋ ਤੁਮ ਗਿਰਵਰ ਤੋ ਹਮ ਮੋਹਰਾ ਗੁਰੂ ਗੋਬਿੰਦ ਸਿੰਘ ਜੀ ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ ਤੋ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਤ ਤੋ ਹਮ ਜਾਤੀ ਤੋ ਮੋਹਿਆ ਸਭ ਤੋਂ ਵੱਡੀ
ਪੜ੍ਹਾਈ ਜੇ ਪ੍ਰੇਮ ਦੀ ਉਹ ਕਰ ਲੋ ਸਾਰੀ ਦੁਨੀਆ ਸੇ ਭਾਈ ਨੰਦ ਲਾਲ ਕਹਿੰਦੇ ਕਲਗੀ ਵਾਲੇ ਨੂੰ ਮੈਨੂੰ ਇੰਨਾ ਤੇਰੇ ਨਾਲ ਮੋਹ ਹੋ ਗਿਆ ਤਸਵੀਰ ਅੱਛੀ ਸਾਰੀ ਦੁਨੀਆ ਸੇ ਤੇਰੀ ਤਸਵੀਰ ਅੱਛੀ ਗੈ ਬਾਜਾਂ ਵਾਲਿਆ ਮਿਲਾ ਕੁਝ ਸਾ ਮੁਰਸ਼ਦ ਮੇਰੀ ਤਕਦੀਰ ਅੱਛੀ ਹੈ ਓ ਮੋਹਿਆ ਤੋ ਮੋਹਿਆ ਤੋ ਮੋਹਿਆ ਤੋ ਮੋਹਿਆ ਲੰਘ ਗਿਆ ਗੁੜ ਕਲਗੀਆਂ ਵਾਲਾ ਚੋਲਾ ਪਹਿਲੇ ਬਦਲ ਗਿਆ ਭਾਈ ਨੰਦ ਲਾਲ ਟਿੱਬੇ ਤੇ ਬਹਿ ਜਾਣਾ ਵਿਰਾਗ ਚ ਤੇ ਸੀਨ ਚੱਲ ਪੈਣਾ ਮਹਾਰਾਜ ਘੋੜੇ ਤੇ ਆ ਰਹੇ ਆ ਲੰਘ ਰਹੇ ਫੜ ਲੈਣੀ ਕਲਮ ਫਿਰ ਕੀ ਲਿਖਦੇ ਆ ਲੰਘ ਗਿਆ ਗੁਰ ਕਲਗੀਆਂ ਵਾਲਾ ਮੇਰੀਆਂ ਅੱਖੀਆਂ ਅੱਗੋਂ ਸਈਓ ਉਹ ਜਾਨੀ ਬੈਠੇ ਨੰਦ ਲਾਲ ਸੀਨ ਬਣ ਰਿਹਾ ਕਲਗੀ ਵਾਲੇ ਆਏ ਘੋੜੇ ਤੇ ਬੈਠੇ ਲੰਘ ਰਹੇ ਆ ਲੰਘ ਰਹੇ ਲੰਘ ਰਹੇ ਲੰਘ ਰਹੇ ਜਦੋਂ ਫਿਰ ਅਲੋਪ ਹੋ ਗਏ ਤੇ ਕਹਿੰਦੇ ਲੰਘ ਗਿਆ ਗੁਰ ਕਲਗੀਆਂ ਵਾਲਾ ਮੇਰੀਆਂ ਅੱਖੀਆਂ ਅੱਗੋਂ ਸਈਓ ਜਾਨੀ ਪਿੱਛੇ ਜਾਨ ਸਾਡੀ ਨੈਣਾ ਰਸਤੇ ਜਦੋਂ ਨੈਣਾ ਨੂੰ ਦਿਸਣੇ ਬੰਦ ਹੋ ਗਏ ਨੈਣਾ ਦੇ ਥਾਈ ਮੇਰੀ ਜਾਨ ਵੀ ਨਿਕਲ ਗਈ ਆ ਹੈ ਮੋਹ ਪਿਆਰ ਉਹ ਲੰਘ ਗਿਆ ਗੁਰ ਕਲਗੀਆਂ ਵਾਲਾ ਮੇਰੀਆਂ ਅੱਖੀਆਂ ਅੱਗੋਂ ਸਈਓ ਜਾਨੀ ਪਿੱਛੇ ਜਾਨ ਸਾਡੀ ਨੈਣਾ ਰਸਤੇ ਕਈਓ ਬਚਨ ਜੇ ਵੀਰਵਾਰ ਆਣ ਲਿਓ ਸੰਭਾਲਿਓ ਉਹ ਕਹਿੰਦੇ ਸਭ ਜਪ ਤਪ ਵਰਤ ਨੇਮ ਪੂਜਾ ਥੱਲੇ ਰਹਿ ਜਾਂਦੀਆਂ ਸਭ ਤੋਂ ਉੱਤੇ ਹੈ ਨਾਨਕ ਪ੍ਰੇਮ ਨਾਨਕ ਪ੍ਰੇਮ
ਸਾਡਾ ਅੱਜ ਦਸਵੇਂ ਗੁਰੂ ਨਾਨਕ ਨਾਲ ਪ੍ਰੇਮ ਦੀ ਗੱਲ ਚੱਲ ਰਹੀ ਏ। ਇਹੋ ਜਿਹਾ ਉਹਨਾਂ ਦੇ ਚਰਨਾਂ ਨਾਲ ਮੋਹ ਹੋ ਜੇ, ਕਿਹੋ ਜਿਹਾ ਹੋ ਜੇ ਜੀ, ਸੁਣਿਓ ਜੀ। ਮੂ ਲਾਲਨ ਸਿਓ ਪ੍ਰੀਤ ਬਣੇ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ, ਐਸੀ ਮਾਤਾ ਜੀ ਐਸੀ ਮਾਤਾ, ਖਿੱਚ ਤਨੀ ਨਹੀਂ ਛੋਟਾ ਪੌੜੀਆਂ ਤੋਂ ਉੱਤੇ ਪੰਗਤੀ ਆ ਗਈ ਮੇਰੇ ਅੱਗੇ। ਆਖਾ ਜੀ ਕਹਿੰਦਾ ਪ੍ਰਹਲਾਦ ਨੂੰ ਰਾਮ ਨਹੀਂ ਜਪਣਾ, ਉਹ ਕਹਿੰਦਾ ਹੁਣ ਨਹੀਂ ਟੁੱਟ ਸਕਦੀ, ਹੁਣ ਨਹੀਂ ਮੈਂ ਛੱਡ ਸਕਦਾ, ਨਹੀਂ ਛੋਟਾ ਰੇ ਪਾਵਾ ਐਸੀ ਮਾਤੋ ਖਿੱਚ ਤਨੀ,
ਤੋਂ ਕਹਿੰਦਾ ਜੇ ਸੱਚ ਗੁਰੂ ਦੀ ਕਿਰਪਾ ਨਾਲ ਇਹੋ ਜਿਹੀਆਂ ਭੈਣਾਂ ਵੀ ਨੇ ਤਿੰਨ ਵਜੇ ਉੱਠਣਾ ਚਾਹੁੰਦੀਆਂ ਪਤੀ ਉੱਠਣ ਨਹੀਂ ਦੇ ਇੱਕ ਪਹੀਆ ਚੱਲਿਆ ਇੱਕ ਪਹੀਆ ਰੁਕਿਆ ਸੱਚ ਕਹਿ ਰਿਹਾ ਬੈਟਰੀ ਰੱਖੀ ਛੋਟੀ ਜੀ ਤਿੰਨ ਵਜੇ ਉੱਠਦੀ ਹੈ ਜੇ ਬੱਤੀ ਜਗਾਉਣ ਇਸ਼ਨਾਨ ਪਾਣੀ ਕਰਨ ਸਾਰਾ ਕੁਝ ਉਹ ਜਾਗ ਖੁੱਲਦੀ ਹੈ ਉਹ ਬੈਟਰੀ ਦੇ ਹੀ ਹੱਥ ਸੁੱਚੇ ਕਰਕੇ ਪੰਜ ਇਸ਼ਨਾਨਾਂ ਕਰਕੇ ਨੇਮ ਸ਼ੁਰੂ ਕਰ ਦਿੰਦੀਆਂ ਸਿਮਰਨ ਸ਼ੁਰੂ ਕਰ ਦਿੰਦੀਆਂ ਉਹ ਸਮਝਦਾ ਵੀ ਬੈੱਡ 'ਤੇ ਹੀ ਹੈ ਪਰ ਉਹ ਆਪਣੇ ਸਾਈਂ ਦੇ ਨਾਲ ਆਪਣੇ ਨੇਮ ਦੀ ਹਾਜ਼ਰੀ ਭੁਗਤਾ ਰਹੀ ਹੈ ਉਹ ਉਡੀਕਦੀਆਂ ਇੱਕ ਦਿਨ ਆਏਗਾ ਗੁਰੂ ਗੋਬਿੰਦ ਸਿੰਘ ਤੂੰ ਇਹਦੀ ਬੁੱਧੀ ਵੀ ਬਦਲਾ ਦੇ ਇਹਦੀ ਵੀ ਬਦਲਾ ਦੇ ਮੇਰੀ ਪ੍ਰੀਤ ਗੋਬਿੰਦ ਮੇਰੀ ਪ੍ਰੀਤ ਮੇਰੀ ਪ੍ਰੀਤ ਗੋਬਿੰਦ ਸਿਓ ਜੀ ਨ ਘਟੈ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ ਛੋੜ ਜੇ ਤੂੰ ਮਿੱਤਰ ਅਸਾਡਾ
ਸਰਨਾਈ ਦਾ ਤਾਰੇ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਅੰਦਰੋਂ ਖਾਤੇ ਖੁਲਾਇਓ ਇਹਦਾ ਕੀ ਸਵਾਦ ਦੱਸਾਂ ਅਕਾਊਂਟ ਵੀ ਬਣਾਉਂਦੇ ਹੋਵੋਗੇ ਅਕਾਊਂਟ ਵੀ ਤੇ ਇੰਜ ਅਵਸਥਾ ਹੋਏਗੀ ਜਿਵੇਂ ਸਿਰ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਗੋਦੀ ਵਿੱਚ ਹੈ ਸਿਮਰਨ ਚੱਲ ਰਿਹਾ ਗੁਰੂ ਦੀ ਗੋਦ ਵਿੱਚ ਸਿਰ ਫਿਰ ਜਿੰਨੀਆਂ ਭੌਜਲਾਂ ਸਾਰੀਆਂ ਉਹ ਤੇਰੇ ਸਿਰ ਤੇ ਨਹੀਂ ਆਉਣਗੀਆਂ ਗੁਰੂ ਦੇ ਚਰਨਾਂ 'ਚ ਹੀ ਜਾਣਗੀਆਂ ਉਹ ਪ੍ਰੇਮ ਮੰਗੋ ਗੁਣ ਗਾਵਾਂ ਦਿਨ ਰਾਤ ਇਹੋ ਜਿਹਾ ਤਰਸ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਘਰ ਵਿੱਚ ਪਏ ਹੋਏ ਲੱਖਾਂ ਦੇ ਗਹਿਣੇ ਮੈਨੂੰ ਮਿੱਟੀ ਜਾਪਣ ਸਭ ਤੋਂ ਮਹਿੰਗਾ ਤੇਰਾ ਨਿਤਨੇਮ ਜਾਪੇ ਸਭ ਤੋਂ ਮਹਿੰਗਾ ਤੇਰਾ ਨਿਤਨੇਮ ਹੈ ਆਖੋ ਸਤਿ ਦੇਖੋ ਫਿਰ ਕਿਵੇਂ ਗੁਰੂ ਤੁਹਾਨੂੰ ਬੁੱਕਲ 'ਚ ਲੈਂਦਾ ਜਦੋਂ ਤੁਸੀਂ ਗੁਰੂ ਦੇ ਨਿਤਨੇਮ ਨੂੰ ਇੰਨਾ ਮਹਿੰਗਾ ਸਮਝਦੇ ਆ ਨਾ ਰਹਿ ਜਾ ਆ ਨਾ ਛੁੱਟ ਜਾ ਰਹਿਬਾ ਨਾਂ ਸੀ ਪਤਾ ਨਹੀਂ ਉਸ ਬੱਚੀ ਦਾ ਬੜੀ ਅਵਸਥਾ ਵਾਲੀ ਔਰ ਇੰਨੀ ਕਿਰਪਾ ਹੋ ਗਈ ਕਿੰਨੇ ਪੈਰੋਕਾਰ ਉਹਦੇ ਹੋ ਗਏ ਸੰਗਤ ਜੁੜ ਗਈ ਤੇ ਉਹਦੇ ਨਾਲ ਬੀਤੀ ਸੀ ਬਈ ਰਹਿਬਾ ਇੱਕ ਫੈਮਿਲੀ ਆ ਰਹੀ ਹੈ ਸਵੇਰੇ ਸਵੇਰੇ ਤੇ ਰਹਿਬਾ ਪੁੱਛਦੀ ਕਿਉਂ ਆਏ ਹੋ ਕਹਿੰਦੇ ਸਾਨੂੰ ਸੁਪਨਾ ਆਇਆ ਤੁਹਾਡੀ ਮੌਤ ਹੋ ਗਈ ਹੈ ਅੱਧਾ ਮਿੰਟ ਬੀਤਿਆ ਦੂਜੀ ਫੈਮਿਲੀ ਜਿੰਨੀ ਸੰਗਤ ਅਟੈਚ ਸੀ ਤੁਸੀਂ ਕਿਉਂ ਆਏ ਹੋ ਜੀ ਸਾਨੂੰ ਵੀ ਸੁਪਨਾ ਆਇਆ ਤੁਹਾਡੀ ਮੌਤ ਹੋ ਗਈ ਤੀਜੀ ਫੈਮਿਲੀ ਚੌਥੀ ਉਹ ਖੰਨਾ ਪੰਜ ਸੱਤ ਸੌ ਯਾਰ ਜਿੰਨਾ ਹਰ ਇੱਕ ਜਿਹੜਾ ਜੁੜ ਜਾਏ ਸੰਗਤ ਅਟੈਚ ਹੋ ਜਾਂਦੀ ਨਾਲ ਪਿਆਰ ਉਹ ਕਹਿੰਦੀ ਸਾਰਿਆਂ ਨੂੰ ਇੱਕੋ ਸੁਪਨਾ ਆ ਗਿਆ ਫਿਰ ਰਹਿਬਾ ਨੇ ਆਖਿਆ ਹਾਂ ਤੁਹਾਨੂੰ ਸੱਚ ਸੁਪਨਾ ਆਇਆ ਵਾਕਿਆ ਮੇਰੀ ਮੌਤ ਹੋ ਗਈ ਹੈ ਕਹਿੰਦੇ ਨਹੀਂ ਤੁਸੀਂ ਤੇ ਸਾਹਮਣੇ ਖੜੇ ਹੋ ਰਹਿਬਾ ਕਹਿੰਦੀ ਅੱਜ ਮੇਰਾ ਅੰਮ੍ਰਿਤ ਵੇਲਾ ਟੁੱਟ ਗਿਆ
ਅੱਜ ਮੇਰਾ ਅੰਮ੍ਰਿਤ ਵੇਲਾ ਟੁੱਟ ਗਿਆ ਸੀ ਤੇ ਅੱਲਾ ਦੇ ਘਰ ਵਿੱਚ ਨਿਰੰਕਾਰ ਦੇ ਘਰ ਵਿੱਚ ਜਿਸ ਦਿਨ ਅੰਮ੍ਰਿਤ ਵੇਲਾ ਟੁੱਟ ਜੇ ਉਸ ਦਿਨ ਮੌਤ ਹੋ ਜਾਂਦੀ ਹੈ। ਤੁਹਾਨੂੰ ਸੱਚ ਸੁਪਨਾ ਆਇਆ, ਆਖੋ ਸਤਨਾਮ। ਅੱਜ ਵਾਕਈ ਮੇਰੀ ਮੌਤ, ਅੱਜ ਮੇਰਾ ਅੰਮ੍ਰਿਤ ਵੇਲਾ ਟੁੱਟ ਗਿਆ, ਅੱਜ ਮੇਰਾ ਨੇਮ ਰਹਿ ਗਿਆ। ਨਿਤਨੇਮ ਸਾਨੂੰ ਇੰਨਾ ਮਹਿੰਗਾ ਜਾਪੇ, ਇੰਨਾ ਮਹਿੰਗਾ ਜਾਪੇ, ਜਿਸ ਦਿਨ ਇਹ ਰਹਿ ਗਿਆ ਸਾਨੂੰ ਇੰਜ ਲੱਗੇ ਅੱਜ ਤੇਰੀ ਮੌਤ ਹੋ ਗਈ। ਆ ਵਿਸਰਨਾਈ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ, ਨਾਨਕ ਚਾਓਏ ਹੋ। ਜੇ ਤੂੰ ਮਿੱਤਰ ਇੱਕ ਬੋਰੀ ਸਾਰੇ ਮੰਗੋ ਦੂਰ ਤੱਕ ਸਾਰੇ, ਜੇ ਤੂੰ ਚਰਨ ਤੁਮਾਰੇ ਹਿਰਦੇ ਵਾਸੇ ਸੰਤਨ ਕਾ ਸੰਗ ਪਾਵਾਂ, ਸੋਗ ਅਗਨ ਮੈਂ ਮਨ ਨਾ ਵਿਆਪੇ, ਆਠ ਪੈਰ ਗੁਣ ਗਾਵੋ ਇੱਕ ਭੋਰੀ ਨਾ ਵਿਛੋੜ, ਉਠਤ ਬੈਠਤ ਸੋਵਤ ਜਾਗਤ ਏ ਮਨ ਤੁਝੇ ਚਿਤਾਰੇ, ਏ ਮਨ ਤੁਝੇ ਚਿਤਾਰੇ। ਜੇ ਤੂੰ ਮਿੱਤਰ ਸਾਰੀ ਸੰਗਤ ਮੰਗੋ ਜੀ, ਜੇ ਤੂੰ ਸਾੜੜਾ ਹੋਰੀ ਨਾ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੇ ਨਾਮ ਸੁਣ ਤੇਰਾ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਦਾਸ ਸੱਚ ਕਹਿੰਦਾ ਜੇ ਗੁਰਮੁਖ ਦੀ ਅਵਸਥਾ, ਗੁਰਮੁਖ ਕਦੀ ਬਿਮਾਰ ਨਾ ਹੋਵੇ, ਕਦੀ ਉਹਨੂੰ ਬੁਖਾਰ ਨਾ ਹੋਵੇ, ਪਰ ਗੁਰੂ ਦੇ ਜੁੜੇ ਸਿੱਖ ਨੂੰ ਬੁਖਾਰ ਵੀ ਹੋ ਜੇ ਉਹਦਾ ਨਿਤਨੇਮ ਦੂਣਾ ਹੋ ਜਾਂਦਾ, ਉਹਦਾ ਦੂਣਾ ਨੇਮ ਹੋ ਜਾਂਦਾ। ਆਮ ਬੰਦੇ ਨੂੰ ਬੁਖਾਰ ਹੋ ਜੇ ਕਹਿੰਦੇ ਜੀ ਹੁਣ ਮੈਂ ਤਿੰਨ ਦਿਨ ਹੋ ਗਏ ਆ ਨੇਮ ਨਹੀਂ ਕੀਤਾ, ਮੈਨੂੰ ਬੁਖਾਰ ਹੈ। ਗੁਰਮੁਖ ਕਹਿੰਦਾ ਬੁਖਾਰ ਹੋ ਗਿਆ ਹੁਣ, ਬਾਕੀ ਰੁਝੇਵੇਂ ਘੱਟ ਗਏ ਆ, ਮੰਜੇ 'ਤੇ ਬਹਿ ਕੇ ਵੀ ਤੈਨੂੰ ਯਾਦ ਕਰਨਾ, ਤੂੰ ਕਿੱਥੇ ਜਾਏਗਾ, ਤੂੰ ਤਾਂ ਬਾਥਰੂਮ 'ਚ ਵੀ ਨਾਲ ਏ, ਫਲੱਚ ਵੀ ਨਾਲ ਏ, ਬਿਸਤਰੇ ਤੇ ਵੀ ਨਾਲ ਏ, ਸੋ ਸਤਿਗੁਰ ਪਿਆਰਾ ਉਹਦੇ ਨਾਲ ਹੀ ਹੈ। ਆਖੋ ਸਤਨਾਮ। ਜੈ ਘੱਟ ਰਾਮ ਰਿਹਾ ਭਰਪੂਰ, ਤਿੰਨ ਕੀ ਪੱਗ ਪੰਕਜ ਹਮ ਧੂਰ, ਜਿਹਨੇ ਘੱਟ ਘੱਟ 'ਚ ਵੇਖ ਲਿਆ ਗੱਜ ਕੇ ਆਖੋ ਸਤਨਾਮ। ਮੇਰੀ ਜੀ ਸ਼ਾਦੀ ਹੋ ਗਈ ਹੈ,
ਹੁਣ ਚਾਰ ਮਹੀਨੇ ਹੋ ਗਏ ਹੈ ਮੇਰਾ ਨਿਤਨੇਮ ਹਿੱਲ ਗਿਆ ਨਹੀਂ ਅੱਜ ਆ ਮੰਗੋ ਬੱਚਾ ਹੋ ਗਿਆ ਜੀ ਹੁਣ ਨਿਤਨੇਮ ਘੱਟ ਗਿਆ ਨਹੀਂ ਇਹ ਸਾਨੂੰ ਸਭ ਤੋਂ ਮਹਿੰਗਾ ਜਾਪੇ ਗੱਜ ਕੇ ਆਖੋ ਸਭ ਤੋਂ ਮਹਿੰਗਾ ਉਠਤ ਬੈਠਤ ਸੋਵਤ ਜਾਗਤ ਏ ਮਨ ਤੁਝੇ ਚਿਤਾਰੇ ਉਠਤ ਬੈਠਤ ਸੋਵਤ ਜਾਗਤ ਏ ਮਨ ਤੁਝੇ ਚਿਤਾਰੇ ਜੇ ਤੂੰ ਮਿੱਤਰ ਆ
ਆਲਸ ਸਭ ਤੋਂ ਭੈੜੀ ਬਿਮਾਰੀ ਆਲਸ। ਮੈਂ ਬਾਬਾ ਜੀ ਦੀ ਯੂਰੀ ਚ ਕਹਿ ਰਿਹਾ ਇਹ ਆਲਸ ਵੀ ਨੁਕਰੇ ਲੱਗ ਜਾਏਗਾ ਨੁਕਰੇ ਜਦੋਂ ਤੁਹਾਡੇ ਦਿਲ ਵਿੱਚ ਇਹ ਅਵਸਥਾ ਬਣ ਜਾਏਗੀ ਤੇਰੇ ਨਿਤਨੇਮ ਤੋਂ ਮਹਿੰਗਾ ਕੁਝ ਨਹੀਂ। ਇਹ ਵੀ ਪਾਸੇ ਲੱਗ ਜਾਓ ਨੁਕਰੇ ਲੱਗ ਜਾਓ। ਅੱਜ ਉਹ ਦਾਤ ਮੰਗਦੇ ਪਏ ਵਿਸ਼ਾ ਤੇ ਉਹ ਹੀ ਲੱਗਣਾ ਸੀ ਹੁਣ ਅੱਜ ਫਿਰ ਨਹੀਂ ਲੱਗ ਪਾਏਗਾ। ਸਿੱਖਾਂ ਦੇ ਸਵਾਲ ਸਤਿਗੁਰਾਂ ਦੇ ਜਵਾਬ ਖੀਲਾ ਭਾਗ ਸੀ ਅੱਜ ਅੱਗੇ ਉਹੀ ਰੱਖਿਆ ਪਰ ਪ੍ਰਕਰਨ ਚੱਲ ਪਿਆ ਹੁਣ ਇੱਧਰ ਅਗਲੀ ਵਾਰੀ ਇਹਦਾ 40ਵਾਂ ਹੋ ਜੂ ਭਾਗ। ਬਾਬਾ ਜੀ ਜਾਣ ਇੱਧਰ ਕਿਉਂ ਹੈਂਡਲ ਮੋੜਤਾ ਹਰ ਹਫ਼ਤੇ ਸਤਸੰਗ ਕਰਨ ਵਾਲਿਓ ਤੁਹਾਡੀ ਇੰਨੀ ਬੈਟਰੀ ਗੁਰੂ ਗੋਬਿੰਦ ਸਿੰਘ ਚਾਰਜ ਕਰ ਦੇਣ ਤੁਸੀਂ ਅੱਗੋਂ ਹੋਰ ਬੈਟਰੀਆਂ ਚਾਰਜ ਕਰਨ ਵਾਲੇ ਬਣ ਜਾਓ। ਉਹ ਬੈਟਰੀ ਚਾਰਜ ਦੀ ਨਿਸ਼ਾਨੀ ਕੀ ਹੈ ਇੱਕ ਨੰਬਰ ਤੇ ਨਿਤਨੇ ਇੱਕ ਨੰਬਰ ਤੇ ਉਹਦਾ ਪ੍ਰੇਮ ਉਹਦਾ ਸਿਮਰਨ ਕੋਈ ਬੰਦਾ ਤੁਹਾਨੂੰ ਤੰਗ ਵੀ ਕਰਦਾ ਹੋਵੇ ਵਾਰ ਵਾਰ ਦਿਮਾਗ ਉਹਦੇ ਵੱਲ ਜਾਂਦਾ ਇਹਨੂੰ ਇੰਝ ਜਵਾਬ ਦਿਆਂਗਾ ਇਹਨੂੰ ਇੰਝ ਜਵਾਬ ਦਿਆਂਗਾ ਇਹਨੂੰ ਫਿਰ ਮੋੜੋ। ਉਹ ਬੰਦਾ ਇੱਕ ਨੰਬਰ ਤੇ ਰੱਖ ਲਿਆ ਜੀ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਕੱਢ ਉਹਨੂੰ ਪਾਸੇ ਇੱਕ ਇੱਕ ਦਿਨ ਤੇਰੀ ਜ਼ਿੰਦਗੀ ਚੋਂ ਇੱਕ ਇੱਕ ਸਵਾਸ ਤੇਰੀ ਜ਼ਿੰਦਗੀ ਚੋਂ ਘਟਦਾ ਜਾ ਰਿਹਾ ਹੈ ਆਪਣਾ ਧਿਆਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੱਲ ਲਾ ਉਹਦੇ ਸਿਮਰਨ ਵੱਲ ਲਾ। ਕਿਸੇ ਬੰਦੇ ਨਾਲ ਨਫ਼ਰਤ ਉਹਦੇ ਖਿਆਲ ਉਹਨਾਂ ਨੂੰ ਨਾ ਇੱਕ ਨੰਬਰ ਤੇ ਲਿਆ ਉਹ ਕੁਝ ਵੀ ਨਹੀਂ ਉਸ ਤੋਂ ਮਹਿੰਗਾ ਤੇਰਾ ਨਿਤਨੇਮ ਸਿਮਰਨ ਬੰਦਗੀ ਹੈ। ਮੇਰੇ ਨਾਲ ਵੀ ਬੀਤੀ ਗਈ ਬੈਠੇ ਹੋਈਦਾ ਵਾੜ ਲਾ ਕੇ ਸਾਰੀ ਖਿਆਲ ਜਦੋਂ ਜਾਂਦਾ ਤੇ ਫਿਰ ਮਨ ਨੂੰ ਕਹੀ ਗੁਰੂ ਗੋਬਿੰਦ ਸਿੰਘ ਨੂੰ ਕਹੀ ਦਾ ਬਾਬਾ ਜੀ ਕਿੱਧਰ ਲਿਜਾ ਰਹੇ ਆਪਣੇ ਚਰਨਾਂ 'ਚ ਰੱਖੋ ਨਾਲ ਤੇ ਆ ਰਸ ਜਾਗੜਾ ਆਲਸ ਦਲਿਦਰੀਆਂ ਵੀ ਨੁਕਰੇ ਲੱਗ ਜਾਣਗੀਆਂ ਜੇ ਅੱਜ ਆਹ ਮੰਗ ਲਓ ਇੱਕ ਭੋਰੀ ਨਾ ਵਿੱਚ
ਤੁਸੀਂ ਦੱਸੋ ਆਮ ਬੰਦਾ ਕਹਿੰਦਾ ਮਾਇਆ ਬੜੀ ਵੱਡੀ ਗੱਲ ਸੋਨਾ ਬੜੀ ਵੱਡੀ ਗੱਲ ਮਕਾਨ ਕੋਠੀਆਂ ਬੜੀ ਵੱਡੀ ਗੱਲ ਪਰ ਤੁਹਾਨੂੰ ਪਤਾ ਮਕਾਨਾਂ ਤੋਂ ਵੀ ਕੋਠੀਆਂ ਤੋਂ ਵੀ ਸੋਨੇ ਤੋਂ ਵੀ ਮਾਇਆ ਤੋਂ ਵੀ ਜਾਨ ਮਹਿੰਗੀ ਜਾਨ ਨਹੀਂ ਹੋਏਗੀ ਕੀ ਕਰਾਂਗੇ ਸੋਨਾ ਜਾਨ ਹੀ ਨਹੀਂ ਜਾਨ ਹੀ ਨਹੀਂ ਹੋਏਗੀ ਕੀ ਕਰਾਂਗੇ ਮਾਇਆ ਕੀ ਕਰਾਂਗੇ ਮਕਾਨ ਪਰ ਸਾਡੇ ਬਾਜਾਂ ਵਾਲੇ ਨੇ ਕਿਹੋ ਜਿਹੇ ਪੂਰਨੇ ਪਾਏ ਸੋਨੇ ਮਕਾਨ ਗਹਿਣੇ ਮਾਇਆ ਤੋਂ ਵੀ ਕੀਮਤੀ ਜਾਨ ਕਹਿੰਦੇ ਸਭ ਤੋਂ ਕੀਮਤੀ ਜਾਨ ਹੀ ਹੈ ਕਹਿੰਦੇ ਜਾਨਾਂ ਨੂੰ ਵੀ ਖਤਰੇ ਚ ਪਾ ਲਿਆ ਜਾਨਾਂ ਨੂੰ ਵੀ ਖਤਰੇ ਚ ਪਾ ਲਿਆ ਬਾਬਾ ਗੁਰੂ ਗੋਬਿੰਦ ਸਿੰਘ ਕਹਿੰਦੇ ਇਹਨਾਂ ਜਾਨਾਂ ਤੋਂ ਵੀ ਕੀਮਤੀ ਏ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਐਡਾ ਮਹਿੰਗਾ ਨਿਤਨੇ 10 ਲੱਖ ਦਾ ਘੇਰਾ ਸਰਸਾ ਚੜੀ ਪਈ ਕਿੰਨੇ ਸਿੰਘ ਪਿਛੜ ਗਏ ਪਰਿਵਾਰ ਪਿਛੜ ਗਏ ਬਾਬਾ ਜੀ ਕਹਿੰਦੇ ਉਹ ਦਇਆ ਸਿੰਘ ਕੋਈ ਰਾਗੀ ਹੈਗਾ ਅੱਧੇ ਸਿੰਘ ਦਿਮਾਗ ਚ ਪਾ ਦਿਓ ਅੱਧੇ ਪਹਿਰੇ ਤੇ ਖਿਲਾਰ ਦਿਓ ਨਿਤਨੇਮ ਨਾ ਰਹਿ ਜਾਏ ਹੈ ਮਹਿੰਗਾ ਗਹਿਣੇ ਮਹਿੰਗੇ ਮਾਇਆ ਮਹਿੰਗੀ ਕੋਠੀਆਂ ਮਹਿੰਗੀ ਸਭ ਤੋਂ ਜ਼ਿਆਦਾ ਜਾਨ ਮਹਿੰਗੀ ਉਹਨਾਂ ਜਾਨਾਂ ਦੀ ਵੀ ਗੁਰੂ ਗੋਬਿੰਦ ਸਿੰਘ ਪਰਵਾਹ ਨਹੀਂ ਕੀਤੀ ਕੋਈ ਇਹ ਜ਼ਿਕਰ ਸੁਣੇਗਾ ਤੇ ਆਪਣੇ ਨਿਤਨੇਮ ਨੂੰ ਇੱਕ ਨੰਬਰ ਤੇ ਲਏਗਾ ਮਹਿੰਗਾ ਸਮਝੇਗਾ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਦਇਆ ਸਿੰਘ ਸ਼ਹੀਦੀਆਂ ਥਾਂ ਪੈ ਜਾਣੇ ਜੀ ਥਾਂ ਪੈ ਜਾਣੇ ਅੱਜ ਮੰਗੋ ਪਿਤਾ ਜੀ ਕੋਲੋਂ
ਭਾਈ ਰਣਧੀਰ ਸਿੰਘ ਖੰਡ ਕੀਰਤਨੀ ਜਥਿਆਲਿਆਂ ਦੀਆਂ ਕਿਤਾਬਾਂ ਵਿੱਚੋਂ ਕੋਈ ਭਾਈ ਸਾਹਿਬ ਨੂੰ ਵੀ ਮੇਰਾ ਖਿਆਲ ਅਹਿਮਦਾਬਾਦ ਸ਼ਹਿਰ ਦਾ ਨਾਂ ਸੀ, ਉੱਥੇ ਬਹੁਤ ਵਿਰਾਗ ਆਇਆ ਜੀ। ਜਦੋਂ ਉਹਨਾਂ ਨੂੰ ਦਾਤ ਮਿਲੀ ਹੈ ਨਾ, ਪਿਤਾ ਜੀ ਨੇ ਦਿੱਤੀ ਹੈ ਨਾ, ਉਸ ਤੋਂ ਪਹਿਲਾਂ ਵਿਰਾਗ ਬਹੁਤ, ਜਿਵੇਂ ਅੱਜ ਤੁਸੀਂ ਬੇਨਤੀਆਂ ਕਰ ਰਹੇ ਹੋ ਕਿ ਆਹ ਪਤਾ ਕਿਆ ਛੱਟਾ ਮਾਰ ਦੇਣਾ ਉਹਨੇ, ਅਤੇ ਉਹਨਾਂ ਦੇ ਮੈਨੂੰ ਵਜਨ ਬੜੇ ਜਿਹੜੇ ਨਿਕਲ ਆਉਂਦੇ ਨਾ ਆਪਣੇ ਆਪ ਕਈ ਵਾਰੀ, ਭਾਈ ਰਣਧੀਰ ਸਿੰਘ ਜੀ ਦੇ ਉਹ ਵਚਨ ਜਿਹੜਾ ਤੁਸੀਂ ਵੀ ਪੜ੍ਹ ਲਓ, ਫਿਰ ਜੁੜੀ ਜੁੜੇ ਕਨੈਕਸ਼ਨ ਨਾਲ ਨਿਕਲੇ ਸੀ ਉਹ। ਹੇ ਗੁਰੂ ਹੇ ਗੁਰ ਹੇ ਗੁਰ ਹੇ ਗੁਰੂ ਹੇ ਗੁਰ ਹੇ ਗੁਰ ਨਾਮ ਬਖਸ਼ ਦੇ ਭਾਈ ਮਰਦਾਨਾ ਜੀ ਲੇਟੇ ਹੋਏ ਹੈ, ਰਾਤ ਹੈ, ਸੁੱਤੇ ਵੀ ਕਹਿ ਲਓ, 2 ਵਜੇ ਜਾਂ ਜਿੰਨੇ ਵੀ ਨੇੜੇ ਤੇੜੇ ਬਾਬਾ ਜੀ ਬੈਠੇ ਸੀ ਗੁਰੂ ਨਾਨਕ ਸਾਹਿਬ, ਅਤੇ ਭਾਈ ਮਰਦਾਨਾ ਜੀ ਇੱਕਦਮ ਉੱਠੇ, ਉੱਠਦੇ ਹੀ ਨਾ ਬਹਿ ਕੇ ਨਾ ਬਹਿ ਕੇ ਨਾ ਇੱਕਦਮ ਕਹਿੰਦੇ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ। ਉਹ ਫਿਰ ਜਿਹੜਾ ਵੀ ਇਲਾਕੇ 'ਚੋਂ ਕੋਲ ਬੈਠਾ ਸੀ ਕਹਿੰਦੇ ਜੀ ਉੱਠਦੇ ਆ ਇਹ ਕਿਉਂ ਕਿਹਾ, ਸ਼ੁਕਰ ਹੈ ਸ਼ੁਕਰ ਹੈ। ਆ ਜੇ ਪਿਆਰ ਜਿਹੜਾ ਵੇਖਿਓ, ਭਾਈ ਮਰਦਾਨਾ ਜੀ ਕਹਿੰਦੇ ਮੈਂ ਉੱਠਦਿਆਂ ਸ਼ੁਕਰ ਹੈ ਤਾਂ ਕਿਹਾ ਕਿ ਜਦੋਂ ਮੈਂ ਸੁੱਤਾਂ ਉੱਠਦਾ ਤੇ ਸਭ ਤੋਂ ਪਹਿਲਾਂ ਚੈੱਕ ਕਰਦਾ ਵਾਂ ਕਿ ਸਿਮਰਨ ਚੱਲਦਾ ਪਿਆ। ਬਹੁਤ ਧਿਆਨ ਆ ਕਿਹੜੀ ਵਸਤੂ। ਭਾਈ ਮਰਦਾਨਾ ਜੀ ਕਹਿੰਦੇ ਮੈਂ ਜਦੋਂ ਹੁਣ ਉੱਠਿਆ ਤੇ ਅੰਦਰ ਸਵਾਸਾਂ ਵਿੱਚ ਸਿਮਰਨ ਚੱਲ ਰਿਹਾ ਸੀ ਤੇ ਮੈਂ ਤਾਂ ਸ਼ੁਕਰ ਕੀਤਾ ਸ਼ੁਕਰ ਹੈ ਸ਼ੁਕਰ ਹੈ, ਸੁੱਤਿਆਂ ਵੀ ਸਿਮਰਨ ਚੱਲਦਾ ਪਿਆ।
ਆ ਮੁਹੱਬਤ ਆ ਮਹਿੰਗਾ ਸੌਦਾ ਹੈ, ਆ ਨਾ ਭੁੱਲ ਜੇ, ਆ ਨਾ ਵਿਸਰ ਜੇ। ਅੱਗ ਬਲਦੀ ਪਈ ਸੀ, ਮਰਦਾਨਾ ਜੀ ਕਹਿੰਦੇ ਬਾਬਾ ਜੀ ਠੰਡ ਬਹੁਤ ਸੀ, ਇਹ ਕੌਣ ਲੱਕੜਾਂ ਲੈ ਕਿੰਨੇ ਅੱਗ ਬਾਲ। ਗੁਰੂ ਨਾਨਕ ਸਾਹਿਬ ਕਹਿੰਦੇ ਬਈ ਇੱਕ ਮਰਦਾਨਿਆਂ ਤੋਂ ਸੁੱਤਾ ਸੀ ਤੇ ਇੱਕ ਪ੍ਰੇਮੀ ਲੰਘਿਆ, ਉਹਦੇ ਸਿਰ ਤੇ ਲੱਕੜਾਂ ਚੱਕੀਆਂ ਸੀ, ਉਹਨੇ ਫਿਰ ਰੱਖੀਆਂ ਤੇ ਕਹਿਣ ਲੱਗਾ ਜੀ ਠੰਡ ਬੜੀ ਹੈ ਇਹਨੂੰ ਬਾਲ ਦੇਣਾ। ਆਪ ਜੀ ਨੂੰ ਹੁੰਦੇ ਗਾਏ, ਮਰਦਾਨਾ ਜੀ ਕਹਿੰਦੇ ਬਾਬਾ ਜੀ ਫਿਰ ਤੁਸੀਂ ਕੀ ਕਿਹਾ। ਬਾਬਾ ਨਾਨਕ ਕਹਿੰਦੇ ਗੱਲ ਹੋ ਰਹੀ ਵੀ ਮਹਿੰਗਾ ਕੀ। ਬਾਬਾ ਜੀ ਕਹਿੰਦੇ ਅਸੀਂ ਉਹਨੂੰ ਆਖਿਆ ਵੀ ਤੂੰ ਇਹਨੂੰ ਵੇਚ ਕੇ ਕੱਲ ਦੀ ਰੋਟੀ ਜਿਹੜੀ ਹੈ ਨਾ ਘਰ ਖਾਣੀ ਹੈ, ਸਾਨੂੰ ਨਿੱਗ ਨਾ ਦੇ, ਇਹਨੂੰ ਲੈ ਜਾ, ਇਹਨੂੰ ਵੇਚ ਕੇ ਤੂੰ ਜਿਹੜੀ ਕੱਲ ਰੋਟੀ ਤੇਰੇ ਘਰ ਚੱਲਣੀ ਹੈ ਨਾ ਉਹ ਖਾਣੀ। ਮਰਦਾਨਾ ਜੀ ਉਹ ਤਾਂ ਵੀ ਕਹਿੰਦਾ ਵੀ ਮੈਂ, ਬਾਬਾ ਜੀ ਉਹ ਕਿਉਂ, ਅਸੀਂ ਕਿਹਾ ਤੂੰ ਇਹਨੂੰ ਵੇਚ ਕੇ ਤੇ ਫਿਰ ਘਰ ਦੀ ਰੋਟੀ ਕੱਲ ਦਾ ਰਾਸ਼ਨ ਲਿਆਉਣਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਜੀ ਉਹਨੇ ਬੜੀ ਗੱਲ ਅਜੀਬ ਕਹੀ। ਮਰਦਾਨਾ ਜੀ ਕਹਿੰਦੇ ਬਾਬਾ ਜੀ ਉਹ ਕੀ। ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਮਿੰਟ ਸੋਚ ਕੇ ਨਾ, ਇੱਕ ਮਿੰਟ ਸੋਚ ਕੇ ਉਹ ਪ੍ਰੇਮੀ ਕਹਿੰਦਾ ਸਤਿਗੁਰੂ ਜੀ ਮੈਂ ਝਾਤੀ ਮਾਰੀ ਹੈ, ਕੱਲ ਦਾ ਰਾਸ਼ਨ ਘਰ ਹੈਗਾ, ਹਾਏ ਹਾਏ ਕੱਲ ਦਾ ਗੁਜ਼ਾਰਾ ਹੁੰਦਾ, ਕੱਲ ਦਾ ਰਾਸ਼ਨ ਘਰ ਹੈਗਾ, ਪਰਸੋਂ ਦਾ ਲੋੜ ਹੈ ਉਹ ਕੱਲ ਵੇਖ ਲਾਂਗੇ, ਪਰ ਕੱਲ ਦਾ ਗੁਜ਼ਾਰਾ ਹੁੰਦਾ ਇਹ ਲੱਕੜਾਂ ਦੀ ਅੱਗ ਬਾਲ ਕੇ ਆਪ ਜੀ ਸੇਕ ਨਿੱਘ ਲਓ ਮੇਰੀ ਹਾਜ਼ਰੀ ਲੱਗ। ਮਰਦਾਨਾ ਕਹਿੰਦਾ ਬਾਬਾ ਜੀ ਕਿਹੜੀ ਵਸਤੂ, ਉਹ ਵੀ ਨੇ ਆਪਣੇ ਮੁਨੀਮ ਨੂੰ ਪੁੱਛਦੇ ਹੈ ਕਿੰਨੀ ਕਮਾਇਆ ਮੇਰੇ ਕੋਲ। ਉਹ ਕਹਿੰਦਾ ਜੀ 12 ਕੁੱਲਾਂ ਤੁਹਾਡੀਆਂ ਵਿਹਲੀਆਂ ਬਹਿ ਕੇ ਖਾ ਸਕਦੀ, 12 ਕੁੱਲਾਂ ਮੁਨੀਮ ਕਹਿੰਦਾ ਵਿਹਲੀਆਂ ਬਹਿ ਕੇ ਖਾ ਸਕਦੀਆਂ। ਉਹ ਸੇਠ ਰੋਣ ਲੱਗ ਪੈਂਦਾ, ਰੋਣ ਲੱਗ ਪੈਂਦਾ। ਮੁਨੀਮ ਕਹਿੰਦਾ ਸੇਠ ਜੀ ਰੋ ਕਿਉਂ ਰਹੇ ਹੋ, 12 ਕੁੱਲਾਂ ਤੁਹਾਡੀਆਂ ਵੇਲੀਆਂ ਬਹਿ ਕੇ ਖਾ ਸਕਦੀ। ਕਹਿੰਦਾ ਮੈਂ ਤਾਂ ਰੋ ਰਿਹਾ ਤੇਰੇ ਵੀ ਕੁੱਲ ਦਾ ਕੀ ਬਣੇ, ਮੋਹ ਐਡਾ ਭੈੜਾ, ਪਕੜ ਇੰਨੀ ਭੈੜੀ, ਜਿੱਥੇ ਮੋਹ ਨਹੀਂ ਗਿਆ ਇੰਨੀ ਮਾਇਆ ਹੁੰਦਿਆਂ ਵੀ ਰੋਣੇ ਨੇ, ਇੰਨੀ ਮਾਇਆ ਹੁੰਦਿਆਂ ਵੀ ਕਲਪੜਾ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਬੜੇ ਖੁਸ਼ ਹੋਏ, ਆ ਜਿਹੜਾ ਪ੍ਰੇਮੀ ਲੱਕੜਾਂ ਲੈ ਕੇ ਜਾ ਰਿਹਾ ਸੀ ਮੋਹ ਨੂੰ ਟੱਪਿਆ ਪਿਆ, ਅਸੀਂ ਕਿਹਾ ਤੂੰ ਰੋਟੀ ਕੱਢਣੀ ਹੈ ਘਰ ਦੀ, ਉਹ ਕਹਿੰਦਾ ਜੀ ਕੱਲ ਦਾ ਗੁਜ਼ਾਰਾ ਹੁੰਦਾ ਪਰਸੋਂ ਆਪੇ ਬਣ ਜਾਏਗਾ ਮਹਾਰਾਜ ਜਗਾੜ, ਕੱਲ ਦਾ ਹੁੰਦਾ ਇਹਦੀ ਹਾਜ਼ਰੀ ਲਾ ਲਓ ਆਖੋ ਸਤਿ।
ਤੇ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਐਡਾ ਪ੍ਰੇਮੀ, ਤੁਸੀਂ ਉਹਨੂੰ ਵੱਡੀ ਦਾਤ ਦਿੱਤੀ ਹੋਣੀ। ਆਖੋ ਸਾਹਿਬ ਮਹਾਰਾਜ ਐਡਾ ਪ੍ਰੇਮੀ, ਤੁਸੀਂ ਉਹਨੂੰ ਵੱਡੀ ਦਾਤ ਦਿੱਤੀ ਹੋਣੀ। ਫਿਰ ਗੁਰੂ ਨਾਨਕ ਸਾਹਿਬ ਹੌਲੀ ਜੀ ਸਿਰ ਲਾਇਆ, ਕਹਿੰਦੇ ਹਾਂ ਦਾਤ ਤੇ ਵੱਡੀ ਹੋਈ ਲੈ ਗਈ ਜੀ। ਕੀ ਦਾਤ ਲੈ ਗਏ ਮਰਦਾਨਾ ਜੀ? ਉਹਦਾ ਇਹ ਮੋਹ ਟੱਪਿਆ ਵੇਖ ਕੇ ਅਸੀਂ ਖੁਸ਼ ਹੋ ਕੇ ਇਹ ਦਾਤ ਦਿੱਤੀ ਹੈ। ਜਿੰਨੀ ਜ਼ਿੰਦਗੀ ਉਹਦੀ ਰਹਿੰਦੀ ਹੈ, ਹੁਣ ਨਾਮ ਨਹੀਂ ਉਹਨੂੰ ਵਿਸਰੇ, ਨਾਮ ਦੇ ਬੰਦਗੀ ਦੇ ਤੀ। ਸੁਣਿਓ ਅੱਗੇ, ਜਿੰਨੀ ਜ਼ਿੰਦਗੀ ਉਹਦੀ ਰਹਿੰਦੀ ਏ ਨਾਮ ਜਪੇਗਾ, ਨਾਮ ਦਿੱਤਾ ਨਾਮ ਦਾ ਕਿਨਕਾ ਦਿੱਤਾ, ਤੇ ਮਰਨ ਤੋਂ ਬਾਅਦ ਅਗਲਾ ਜਨਮ ਵਿੱਚ ਮਹਾਂਪੁਰਸ਼ ਬਣ ਕੇ ਆਏਗਾ ਤੇ ਉਹਦੇ ਹੱਥੋਂ ਕਈਆਂ ਦਾ ਉਧਾਰ ਹੋਏਗਾ। ਐਡਾ ਮਹਿੰਗਾ ਸੌਦਾ ਦੇ ਸਾਡਾ ਬਾਬਾ ਗੁਰੂ ਨਾਨਕ। ਸੰਤ ਨਹੀਂ, ਸੰਤ ਬਣਾਉਣ ਵਾਲਾ ਗੁਰੂ ਨਾਨਕ। ਮਹਾਂਪੁਰਖ ਨਹੀਂ, ਮਹਾਂਪੁਰਖ ਬਣਾਉਣ ਵਾਲਾ। ਇਹ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਚ ਪੜ੍ਹਿਓ। ਮਰਦਾਨਾ ਜੀ ਨੇ ਵੀ ਕਿਹਾ, ਮਹਾਰਾਜ ਫਿਰ ਮੈਨੂੰ ਕਿਉਂ ਨੀ ਉਠਾਇਆ ਤੁਸੀਂ? ਐਡੇ ਪ੍ਰੇਮ ਵਾਲੇ ਦੇ ਮੈਂ ਵੀ ਦਰਸ਼ਨ ਕਰ ਲੈਂਦਾ, ਐਡੇ ਪਿਆਰ ਵਾਲੇ ਦੇ ਮੈਂ ਵੀ ਦਰਸ਼ਨ ਕਰ ਲੈਂਦਾ। ਮਹਾਰਾਜ ਕਹਿੰਦੇ ਫਿਰ ਤੂੰ ਸਾਰਾ ਅੱਗੋਂ ਫਿਰ ਜਾਗਣਾ, ਤੇ ਤਾਂ ਕਿਹਾ ਸੀ ਥੋੜਾ ਚਿਰ ਤੂੰ ਆਰਾਮ ਕਰ ਲੈ। ਥੋੜਾ ਚਿਰ ਆਰਾਮ ਕਰਦੇ ਸੀ ਭਾਈ ਮਰਦਾਨਾ ਜੀ। ਮਹਾਰਾਜ ਉਹ ਪ੍ਰੇਮ ਵਾਲਾ ਫਿਰ ਵੱਡੀ ਦਾਤ ਲੈ ਗਏ। ਮਾਂ ਕਹਿੰਦੇ ਹਾਂ, ਅਸੀਂ ਜਦੋਂ ਵੇਖਿਆ ਪੌੜੀ ਟੱਪਿਆ ਪਿਆ, ਉਹ ਐਡੀ ਗੱਲ ਕਹਿਤੀ ਉਹਨੇ, ਕੱਲ ਦਾ ਰਾਸ਼ਨ ਹੈਗਾ ਮੇਰੇ ਘਰ, ਐਡਾ ਮੋਹ ਤੋਂ ਪਰੇ, ਐਡਾ ਸੇਵਾ ਨੂੰ ਪਹਿਲ ਦਿੱਤੀ ਸੀ। ਸਾਰੇ ਆ ਫਕੀਰ ਲੋਕ ਬੈਠੇ ਆ, ਇਹ ਨਿੱਘ ਲੈ ਲੈਣ ਮੇਰੀ ਹਾਜ਼ਰੀ, ਇਹਨੂੰ ਇੱਕ ਨੰਬਰ ਤੇ ਰੱਖਿਆ, ਪਕੜ ਹੈ ਹੀ ਨਹੀਂ ਘਰ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਮਰਦਾਨਿਆ, ਉਹਦਾ ਪਿਆਰ ਇਹ ਵੇਖ ਕੇ ਦਾਤ ਵੱਡੀ ਲੈ ਗਿਆ। ਕੀ ਲੈ ਗਿਆ? ਜਿੰਨੀ ਜ਼ਿੰਦਗੀ ਉਹਦੀ ਰਹਿੰਦੀ ਹੈ, ਹੁਣ ਨਾਮ ਹੀ ਨਾਮ ਜਪੇਗਾ ਤੇ ਅਗਲੇ ਜਨਮ ਮਹਾਂਪੁਰਸ਼ ਬਣ ਕੇ ਆਏਗਾ, ਇਹਦੇ ਹੱਥੋਂ ਫਿਰ ਕਈਆਂ ਦਾ ਉਧਾਰ ਹੋਏ। ਗੱਜ ਕੇ ਕਹਿ ਦਿਓ, ਮੈਂ ਤਾਂ ਜ਼ਿਕਰ ਸੁਣਾਇਆ ਭਾਈ ਰਣਧੀਰ ਸਿੰਘ ਜੀ ਵਾਂਗੂ। ਤੁਸੀਂ ਵੀ ਕਲਗੀਆਂ ਵਾਲੇ ਨੂੰ ਮੈਂ ਕਹਿੰਦਾ, ਇਹ ਜਿੱਥੇ ਜਿਗਰ ਲਿਖਿਆ ਭਾਈ ਰਣਧੀਰ, ਬੜਾ ਹੀ ਬਰਾ ਗਿਆ। ਹੇ ਗੁਰੂ, ਹੇ ਗੁਰੂ, ਸਾਰੇ ਗੁਰਮੁਖ ਬੋਲੋ, ਨਾਮ ਬਖਸ਼ ਦੇ, ਨਾਮ ਬਖਸ਼ ਦੇ, ਨਾਮ ਬਖਸ਼ ਦੇ, ਨਾਮ ਬਖਸ਼ ਦੇ। ਭੈਣਾਂ ਗਾਈ ਕੇ ਇੱਥੇ ਵੀ ਗੁਰੂ ਨਾਲ ਗੱਲਾਂ ਨਹੀਂ ਕਰੋਗੇ, ਕਿੱਥੇ ਕਰੋਗੇ?
ਪ੍ਰਮਾਣ ਦਿਓ ਜੀ। ਹਮ ਪੀਖਕ ਪੇਖਾਰੀ ਤੇਰੇ, ਹਮ ਪੀਖਕ ਪੇਖਾਰੀ ਤੇਰੇ, ਹੋਰ ਉੱਚੇ ਚਲੋ ਜੀ, ਹੋਰ ਉੱਚੇ। ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਹੋ ਦਿਆਲ, ਨਾਮ ਦੇ ਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਤਾ। ਸਮਾਪਤੀ ਹੈ ਜੀ, ਸੰਗਤ ਟਿਕਾਓ ਬਣਾਈ ਰੱਖਿਓ। ਵੱਡਾ
ਜਕਾਰਾ ਇੱਕ ਪਿਆਰਿਆਂ ਦੇ ਸ਼ੁਕਰਾਨੇ ਦਾ।